ਇੱਕ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਦੱਸ ਦਈਏ ਕਿ ਗੱਡੀ ਦੇ ਕੱਟ ਮਾਰਦੇ ਸਮੇਂ ਕਿਹਾ ਜਾ ਰਿਹਾ ਕਿ ਇਹ ਵੱਡਾ ਹਾਦਸਾ ਵਾਪਰਿਆ, ਜਿਸ ਦੇ ਵਿੱਚ ਤਿੰਨ ਵਾਹਨ ਆਪਸ ਦੇ ਵਿੱਚ ਟਕਰਾਏ ਨੇ। ਤਿੰਨ ਕਾਰਾਂ ਦੀ ਟੱਕਰ ਜੋ ਹੈ ਉਹ ਆਪਸ ਦੇ ਵਿੱਚ ਹੋਈ ਹੈ। ਕਈ ਗੱਡੀਆਂ ਦੇ ਏਅਰ ਬੈਗ ਖੁੱਲ੍ਹੇ ਨੇ, ਪਰ ਵਾਲ ਇਸ ਦੇ ਵਿੱਚ ਸਾਰਿਆਂ ਦੀ ਜਾਨ ਬਚੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਗੱਡੀ ਕੱਟ ਤੋਂ ਮੁੜਦੀ ਹੋਈ ਨਜ਼ਰ ਆ ਰਹੀ ਹੈ, ਪਰ ਪਿੱਛੋਂ ਦੀ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਸਾਈਡ ਦੇ ਵਿੱਚ ਜਾ ਰਹੇ ਪਹਿਲਾਂ ਤਾਂ ਇੱਕ ਮਹਿੰਦਰਾ ਪਿਕਅਪ ਨੂੰ ਟੱਕਰ ਮਾਰੀ, ਤੇ ਨਾਲ ਹੀ ਜੋ ਗੱਡੀ ਮੋੜ ਤੋਂ ਮੁੜ ਰਹੀ ਸੀ ਉਸ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਿਆ, ਜਿਸ ਦੇ ਕਾਰਨ ਤਿੰਨਾਂ ਦੀ ਹੀ ਜ਼ਬਰਦਸਤ ਟੱਕਰ ਹੋਈ। ਤੇ ਇਸ ਟੱਕਰ ਦੇ ਵਿੱਚ ਕਿਹਾ ਜਾ ਰਿਹਾ ਕਿ ਕਈ ਗੱਡੀਆਂ ਦੇ ਏਅਰ ਬੈਗ ਵੀ ਖੁੱਲ੍ਹੇ ਨੇ। ਗਨੀਮਤ ਰਹੀ ਹੈ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਹਾਦਸਾ ਕਿਤੇ ਨਾ ਕਿਤੇ ਦਿਲ ਦਹਿਲਾ ਦੇਣ ਵਾਲਾ ਹੈ, ਕਿਉਂਕਿ ਤਿੰਨ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ। ਹਾਲਾਂਕਿ ਜਿਵੇਂ ਹੀ ਇਹ ਟੱਕਰ ਹੁੰਦੀ ਹੈ ਤਾਂ ਉੱਥੇ ਜੋ ਆਵਾਜ਼ ਸੀ ਇਸ ਟੱਕਰ ਦੀ ਸਾਫ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ, ਜਿਸ ਦੇ ਵਿੱਚ ਸਾਫ ਸੁਣਿਆ ਜਾ ਸਕਦਾ ਹੈ ਕਿ ਜੋ ਪਿੱਛੋਂ ਦੀ ਗੱਡੀ ਆ ਰਹੀ ਸੀ ਉਸਨੇ ਵੀ ਰੋਕਣ ਦੀ ਕਾਫ਼ੀ ਜ਼ਿਆਦਾ ਕੋਸ਼ਿਸ਼ ਕੀਤੀ, ਪਰ ਅਚਾਨਕ ਹੀ ਉਹ ਗੱਡੀ ਸੰਤੁਲਨ ਖੋ ਪੈਂਦੀ ਹੈ। ਪਹਿਲਾਂ ਤਾਂ ਸਾਈਡ ਦੇ ਵਿੱਚ ਚੱਲ ਰਹੇ ਇੱਕ ਪਿਕਅਪ ਨੂੰ ਆਪਣੀ ਚਪੇਟ ਦੇ ਵਿੱਚ ਲੈਂਦੀ ਹੈ, ਅਤੇ ਫਿਰ ਨਾਲ ਹੀ ਜੋ ਗੱਡੀ ਕੱਟ ਤੋਂ ਮੁੜ ਰਹੀ ਸੀ ਉਸਦੇ ਵਿੱਚ ਵੀ ਟੱਕਰ ਮਾਰ ਦਿੰਦੀ ਹੈ, ਅਤੇ ਤਿੰਨੋਂ ਗੱਡੀਆਂ ਦੀ ਭਿਆਨਕ ਟੱਕਰ ਹੁੰਦੀ ਹੈ, ਅਤੇ ਸਾਰਾ ਹੀ ਹਾਦਸਾ ਕੋਲ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਇਆ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਲੋਕ ਭੱਜ ਕੇ ਇਹਨਾਂ ਦੀ ਜਾਨ ਬਚਾਉਣ ਦੇ ਲਈ ਜਾਂਦੇ ਨੇ ਤਾਂ ਉਸਦੇ ਵਿੱਚ ਦੇਖਦੇ ਨੇ ਕਿ ਕਈ ਗੱਡੀਆਂ ਦੇ ਏਅਰਬੈਗ ਖੁੱਲ੍ਹੇ ਹੁੰਦੇ ਨੇ, ਹਲਕੀਆਂ ਸੱਟਾਂ ਜ਼ਰੂਰ ਆਈਆਂ ਹੁੰਦੀਆਂ ਨੇ, ਪਰ ਕਿਸੇ ਦੇ ਵੀ ਜਾਨ ਜਾਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਪਰ ਹਾਦਸਾ ਇਹ ਆਪਣੇ ਆਪ ਦੇ ਵਿੱਚ ਖੁਦ ਦਰਸਾ ਰਿਹਾ ਕਿ ਆਖਰ ਕਿੰਨਾ ਵੱਡਾ ਇਹ ਹਾਦਸਾ ਰਿਹਾ, ਜਿਸ ਦੇ ਵਿੱਚ ਤਿੰਨੋਂ ਹੀ ਗੱਡੀਆਂ ਚਕਨਾ ਚੂਰ ਹੋ ਗਈਆਂ ਨੇ। ਇੱਕ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਦੱਸ ਦਈਏ ਕਿ ਗੱਡੀ ਦੇ ਕੱਟ ਮਾਰਦੇ ਸਮੇਂ ਕਿਹਾ ਜਾ ਰਿਹਾ ਕਿ ਇਹ ਵੱਡਾ ਹਾਦਸਾ ਵਾਪਰਿਆ, ਜਿਸ ਦੇ ਵਿੱਚ ਤਿੰਨ ਵਾਹਨ ਆਪਸ ਦੇ ਵਿੱਚ ਟਕਰਾਏ ਨੇ। ਤਿੰਨ ਕਾਰਾਂ ਦੀ ਟੱਕਰ ਜੋ ਹੈ ਉਹ ਆਪਸ ਦੇ ਵਿੱਚ ਹੋਈ ਹੈ। ਕਈ ਗੱਡੀਆਂ ਦੇ ਏਅਰ ਬੈਗ ਖੁੱਲ੍ਹੇ ਨੇ, ਪਰ ਵਾਲ ਇਸ ਦੇ ਵਿੱਚ ਸਾਰਿਆਂ ਦੀ ਜਾਨ ਬਚੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਗੱਡੀ ਕੱਟ ਤੋਂ ਮੁੜਦੀ ਹੋਈ ਨਜ਼ਰ ਆ ਰਹੀ ਹੈ, ਪਰ ਪਿੱਛੋਂ ਦੀ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਸਾਈਡ ਦੇ ਵਿੱਚ ਜਾ ਰਹੇ ਪਹਿਲਾਂ ਤਾਂ ਇੱਕ ਮਹਿੰਦਰਾ ਪਿਕਅਪ ਨੂੰ ਟੱਕਰ ਮਾਰੀ, ਅਤੇ ਨਾਲ ਹੀ ਜੋ ਗੱਡੀ ਮੋੜ ਤੋਂ ਮੁੜ ਰਹੀ ਸੀ ਉਸ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਿਆ, ਜਿਸ ਦੇ ਕਾਰਨ ਤਿੰਨਾਂ ਦੀ ਹੀ ਜ਼ਬਰਦਸਤ ਟੱਕਰ ਹੋਈ। ਅਤੇ ਇਸ ਟੱਕਰ ਦੇ ਵਿੱਚ ਕਿਹਾ ਜਾ ਰਿਹਾ ਕਿ ਕਈ ਗੱਡੀਆਂ ਦੇ ਏਅਰ ਬੈਗ ਵੀ ਖੁੱਲ੍ਹੇ ਨੇ। ਗਨੀਮਤ ਰਹੀ ਹੈ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਹਾਦਸਾ ਕਿਤੇ ਨਾ ਕਿਤੇ ਦਿਲ ਦਹਿਲਾ ਦੇਣ ਵਾਲਾ ਹੈ, ਕਿਉਂਕਿ ਤਿੰਨ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ। ਹਾਲਾਂਕਿ ਜਿਵੇਂ ਹੀ ਇਹ ਟੱਕਰ ਹੁੰਦੀ ਹੈ ਤਾਂ ਉੱਥੇ ਜੋ ਆਵਾਜ਼ ਸੀ ਇਸ ਟੱਕਰ ਦੀ ਸਾਫ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ, ਜਿਸ ਦੇ ਵਿੱਚ ਸਾਫ ਸੁਣਿਆ ਜਾ ਸਕਦਾ ਹੈ ਕਿ ਜੋ ਪਿੱਛੋਂ ਦੀ ਗੱਡੀ ਆ ਰਹੀ ਸੀ ਉਸਨੇ ਵੀ ਰੋਕਣ ਦੀ ਕਾਫ਼ੀ ਜ਼ਿਆਦਾ ਕੋਸ਼ਿਸ਼ ਕੀਤੀ, ਪਰ ਅਚਾਨਕ ਹੀ ਉਹ ਗੱਡੀ ਸੰਤੁਲਨ ਖੋ ਪੈਂਦੀ ਹੈ। ਪਹਿਲਾਂ ਤਾਂ ਸਾਈਡ ਦੇ ਵਿੱਚ ਚੱਲ ਰਹੇ ਇੱਕ ਪਿਕਅਪ ਨੂੰ ਆਪਣੀ ਚਪੇਟ ਦੇ ਵਿੱਚ ਲੈਂਦੀ ਹੈ, ਅਤੇ ਫਿਰ ਨਾਲ ਹੀ ਜੋ ਗੱਡੀ ਕੱਟ ਤੋਂ ਮੁੜ ਰਹੀ ਸੀ ਉਸਦੇ ਵਿੱਚ ਵੀ ਟੱਕਰ ਮਾਰ ਦਿੰਦੀ ਹੈ, ਅਤੇ ਤਿੰਨੋਂ ਗੱਡੀਆਂ ਦੀ ਭਿਆਨਕ ਟੱਕਰ ਹੁੰਦੀ ਹੈ, ਅਤੇ ਸਾਰਾ ਹੀ ਹਾਦਸਾ ਕੋਲ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਇਆ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਲੋਕ ਭੱਜ ਕੇ ਇਹਨਾਂ ਦੀ ਜਾਨ ਬਚਾਉਣ ਦੇ ਲਈ ਜਾਂਦੇ ਨੇ ਤਾਂ ਉਸਦੇ ਵਿੱਚ ਦੇਖਦੇ ਨੇ ਕਿ ਕਈ ਗੱਡੀਆਂ ਦੇ ਏਅਰਬੈਗ ਖੁੱਲ੍ਹੇ ਹੁੰਦੇ ਨੇ, ਹਲਕੀਆਂ ਸੱਟਾਂ ਜ਼ਰੂਰ ਆਈਆਂ ਹੁੰਦੀਆਂ ਨੇ, ਪਰ ਕਿਸੇ ਦੇ ਵੀ ਜਾਨ ਜਾਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਪਰ ਹਾਦਸਾ ਇਹ ਆਪਣੇ ਆਪ ਦੇ ਵਿੱਚ ਖੁਦ ਦਰਸਾ ਰਿਹਾ ਕਿ ਆਖਰ ਕਿੰਨਾ ਵੱਡਾ ਇਹ ਹਾਦਸਾ ਰਿਹਾ, ਜਿਸ ਦੇ ਵਿੱਚ ਤਿੰਨੋਂ ਹੀ ਗੱਡੀਆਂ ਚਕਨਾ ਚੂਰ ਹੋ ਗਈਆਂ ਨੇ।